हां जी असिगा जी उम्मीद करदां सारे जन चढ़दी कला चौके तंदुरुस्त होगे त बहुत ज्यादा खुश होगे त इथें हाजिर हो। ਵੀਡੀਓ ਦਾ ਟਾਪਿਕ ਤੁਸੀਂ ਦੇਖ ਲੈ 4-5 ਪੁਆਇੰਟਸ ਆਪਾਂ ਡਿਸਕਸ ਕਰਾਂਗੇ ਇਸ ਦੇ ਵਿੱਚ। ਸ਼ੁਰੂ ਤੋਂ ਲੈ ਕੇ ਅੰਤ ਤੱਕ ਵੀਡੀਓ ਦੇਖਿਓ ਐਂਡ ਹਿਟ ਦਾ ਬੈੱਲ ਆਈਕਨ ਸਬਸਕ੍ਰਾਈਬ ਆਲਸੋ ਐਂਡ ਤਾਂ ਕਿ ਮੈਂ ਜਦੋਂ ਵੀ ਕੋਈ ਵੀਡੀਓ ਅਪਲੋਡ ਕਰਾਂ ਯੂਵਿਲ ਗਾ ਨੋਟੀਫਿਕੇਸ਼ਨ। ਸਭ ਤੋਂ ਪਹਿਲਾ ਪੁਆਇੰਟ ਹੈਗਾ ਜੀ ਪੀਪੀਆਰ ਆ ਪਾਸਪੋਰਟ ਰਿਕੁਐਸਟ ਦੀ ਟਾਈਮਲਾਈਨ ਕੀ 30 ਤੋਂ 35 ਦਿਨਾਂ ਦੇ ਵਿੱਚ ਵਿੱਚ ਵੀਜ਼ੇ ਜਾ ਰਹੇ ਨੇ। ਜਾਂ ਮੈਕਸਿਮਮ ਕਿੰਨਾ ਕਿਤੇ ਕੋਈ ਫਾਈਲ ਨੂੰ 2 ਮਹੀਨੇ ਤੋਂ ਜ਼ਿਆਦਾ ਟਾਈਮ ਲੱਗ ਰਿਹਾ ਬਟ 2 ਮਹੀਨੇ ਦਾ ਟਾਈਮ ਤੁਸੀਂ ਲੈ ਕੇ ਚਲੋ ਜੀਸੀਕੇ ਪੋਰਟਲ ਆਪਣਾ ਚੈੱਕ ਕਰਦੇ ਰਹੋ ਜਾਂ ਆਪਣੇ ਏਜੰਟ ਨੂੰ ਕਹਿੰਦੇ ਰਹੋ ਅਗਰ ਏਜੰਟ ਤੁਹਾਨੂੰ ਕ੍ਰੈਡੈਂਸ਼ੀਅਲਸ ਲੌਗਇਨ ਆਈਡੀ ਪਾਸਵਰਡ ਨਹੀਂ ਦਿੰਦੇ ਤਾਂ ਕਿ ਕਈ ਵਾਰੀ ਜਿਹੜਾ ਆਪਣਾ ਮੈਡੀਕਲ ਅਪਡੇਟ ਦੇ ਵਿੱਚ ਇਸ਼ੂ ਹੁੰਦਾ ਕਰੋ ਇਸ਼ੂ ਤੁਹਾਨੂੰ ਪਤਾ ਲੱਗ ਜਾਂਦਾ ਅਗਰ ਮੈਸੇਜ ਤੁਹਾਨੂੰ ਕੋਈ ਮੈਸੇਜ ਕਰਦੀ ਹੈ ਤਾਂ ਕਿ ਤੁਸੀਂ ਉਹ ਚੀਜ਼ ਨੂੰ ਸੋਲੂਸ਼ਨ ਕਰ ਸਕੋ ਜਦੋਂ ਮੈਡੀਕਲ ਅਪਡੇਟ ਹੋ ਜਾਂਦਾ ਵਿਥਿਨ 24 ਆਵਰਸ অর 48 ਆਵਰਸ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਦੈਨ ਯੂ ਵਿਲ ਗੈ ਜਿਨ੍ਹਾਂ ਨੇ ਜਿਹੜੀਆਂ ਫੈਮਲੀਆਂ ਨੇ ਜਾਂ ਸਿੰਗਲ ਨੇ ਜਾਂ 스ਪਾউজ ਨੇ ਅਜ਼ਾਈਲਮ ਪਾਇਆ ਹੋਇਆ ਸੀਗਾ ਤੇ ਕਿਤੇ ਹੁਣ ਪਿੱਛੇ ਜੇ ਡਿਪੋਰਟ ਬਹੁਤ ਕਿਤੇ ਸੀਗੇ ਤੇ ਲਗਾਤਾਰ ਚੱਲ ਰਹੇ ਨੇ ਉਹਨਾਂ ਦੇ ਤੇ ਮਾਰਕ ਮਿਲਰ ਵੱਲੋਂ ਇਹ ਅਨਾਉਂਸਮੈਂਟ ਹੈ ਕਿ ਜਿਨ੍ਹਾਂ ਦਾ ਅਸਾਈਲਮ ਤੇ ਨੇ ਜਿਨ੍ਹਾਂ ਦਾ ਅਜ਼ਾਈਲਮ ਖਤਮ ਹੋ ਚੁੱਕਿਆ ਉਹਨਾਂ ਸਾਰਿਆਂ ਨੂੰ ਪੀਆਰ ਦਿੱਤੀ ਜਾਊਗੀ ਸੋ ਇੱਕ ਬਹੁਤ ਵੱਡੀ ਗੁੱਡ ਨਿਊਜ਼ ਹੈ ਔਰ ਤੀਜਾ ਪੁਆਇੰਟ ਆ ਗਿਆ ਜੀ ਪਹਿਲਾਂ ਕੀ ਹੁੰਦਾ ਸੀਗਾ ਵੀ ਜਿਹੜਾ ਫੈਮਲੀ ਦਾ ਬੇਬੀ ਕੈਨੇਡਾ ਦੇ ਵਿੱਚ ਬਰਥ ਲੈਂਦਾ ਤਾਂ ਉਹਨਾਂ ਨੂੰ ਆਟੋਮੈਟਿਕਲੀ ਕੈਨੇਡਾ ਦੇ ਕੀ ਸਿਟੀਜ਼ਨਸ਼ਿਪ ਮਿਲਦੀ ਹੈ ਬੱਚੇ ਨੂੰ ਤੇ ਹੁਣ ਕੀ ਹੈ ਅਗਰ ਪੇਰੈਂਟ ਅ ਮਿਨੀਮਮ 3 ਸਾਲ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਚਾਹੇ ਸਟੱਡੀ ਤੇ ਚਾਹੇ ਕਿਸੇ ਵੀ ਕੈਟਾਗਰੀ ਦੇ ਰਿਗਾਰਡਲੈਸ ਕਿਉ PR ਤੇ ਨੇ ਸਿਟੀਜ਼ਨਸ਼ਿਪ ਤੇ ਨੇ ਤਾਂ ਤਾਂ ਬੱਚਾ ਸਿਟੀਜ਼ਨ ਹੋਊਗਾ ਹੀ ਤੇ ਬੱਚਾ ਕੈਨੇਡਾ ਦੇ ਬਾਹਰ ਕਿਸੇ ਹੋਰ ਕੰਟਰੀ ਦੇ ਵਿੱਚ ਹੁੰਦਾ ਸਪੋਜ਼ ਉਹ ਘੁੰਮਣ ਫਿਰਨੇ ਇੰਡੀਆ ਆਉਂਦੇ ਨੇ ਜਾਂ ਕਿਸੇ ਵੀ ਕੰਟਰੀ ਤੇ ਉਥੇ ਡਿਲੀਵਰੀ ਹੋ ਜਾਂਦੀ ਹੈ ਤਾਂ ਬੱਚਾ ਕੈਨੇਡਾ ਦੇ ਕੈਨੇਡਾ ਦਾ ਹੀ ਸਿਟੀਜ਼ਨ ਮੰਨੇ ਜਾਊਗਾ ਸੋ ਇਹ ਵੀ ਮਾਰਕ ਬਿਲਡਰ ਵੱਲੋਂ ਲੇਟੈਸਟ ਅਪਡੇਟ ਹੈ ਸੋ ਮੈਨੂੰ ਲੱਗਦਾ ਵੀ ਇਹ ਵੀ ਕਾਫੀ ਜ਼ਿਆਦਾ ਪੋਜ਼ਿਟਿਵ ਹੈ ਚੌਥਾ ਪੁਆਇੰਟ ਆ ਗਿਆ ਜੀ ਵਿਸਟਰ ਵੀਜ਼ਾ ਸੋ ਪੀਐਲ ਤੋਂ ਬਾਅਦ ਬਹੁਤ ਰੁਝਾਨ ਬੱਚਿਆਂ ਦਾ ਗਿਆ ਜੀ ਵਿਸਟਰ ਵੀਜ਼ਾ ਵੱਲ ਅ ਕਿਉਂਕਿ ਜਦੋਂ ਇੱਕ ਦੋ ਦੋ ਚੀਜ਼ਾਂ ਹੋਈਆਂ ਨੇ ਇਕੱਠੀਆਂ ਇੱਕ ਤਾਂ ਜੀਆਈਸੀ ਵਧਨ ਕਰਕੇ ਖਰਚਾ 28 ਤੋਂ 30 ਲੱਖ ਚਲਾ ਗਿਆ ਕੈਨੇਡਾ ਦਾ ਦੂਜਾ ਪੀਐਲ ਕਰਕੇ ਸਿਰਫ ਕਰੀਮ ਕੇਸਿਸ ਨੂੰ ਹੀ ਪ੍ਰਾਇੋਰਟਾਈਜ਼ ਕੀਤਾ ਜਾਊਗਾ ਟਰੇਡ ਕੋਰਸ ਦੀ ਤਵੱਜੋ ਲਗਾਤਾਰ ਵਧ ਰਹੀ ਹੈ ਤੇ ਬਾਕੀ ਜਿਹੜੇ ਹਸਪੀਟੈਲਿਟੀ ਦੇ ਕੋਰਸਿਸ ਬੈਚਲਰ ਦੇ ਕੋਰਸਿਸ ਹੋਗੇ ਸੌਰੀ ਬੀਬੀਏ ਹੋਗੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵੀ ਹਰੇਕ ਪ੍ਰੋਫਾਈਲ ਨਾ ਲਵੇ ਜਨਰਲ ਕੋਰਸਿਸ ਨੂੰ ਕਿਤਨਾ ਕਿਤੇ ਲਗਾਮ ਪਈ ਹੈ ਜਿੱਥੇ ਬੱਚਿਆਂ ਦਾ ਕਾਫੀ ਜੜਾ ਸੁਭਾਅ ਵੀ ਕੀ ਹੈ ਕਿ ਅਗਰ ਉਹ ਸਪੈਸੀਫਿਕ ਕੋਰਸ ਲੈਂਦੇ ਨੇ ਜਿੱਥੇ ਉਹਨਾਂ ਦਾ ਸਕਿੱਲ ਬੇਸ ਉੱਥੇ ਉਹਨਾਂ ਨੂੰ ਪੀਆਰ ਵੀ ਸੌਖੀ ਹੈ ਤੇ ਉਹਨਾਂ ਨੂੰ ਬਾਦਲ ਕਰਨ ਦੇ ਵੀ ਕੋਈ ਲੋੜ ਨਹੀਂ ਗਈ ਉਹ ਉੱਥੇ ਜਾ ਕੇ ਉਹਨਾਂ ਨੂੰ ਕੋਈ ਕਾਲਜ ਚੇਂਜ ਕਰਨਾ ਪਊਗਾ ਜਾਂ ਕੈਂਪਸ ਚੇਂਜ ਕਰਨਾ ਪਊਗਾ ਡਿਗਰੀ ਲੈ ਕੇ ਚੱਲੋਂਗੇ ਪਲੱਸ ਉਸ ਤੋਂ ਬਾਅਦ ਐਡਿਟਸ ਬੈਸਟ ਬਹੁਤ ਅੱਛਾ ਸਕਸੈਸ ਰੇਟ ਹੈ ਪੀਟੀ ਤਾਂ ਮੈਂ ਆਈ ਵੁੱਡ ਸਜੈਸਟ ਕਿ ਜਿੱਥੇ ਆਇਲਟਸ 6 ਈਚ ਲੈ ਕੇ ਚੱ ਪੀਟੀ ਦੀ ਮੈਂ ਗੱਲ ਕਰੂੰਗਾ ਓਵਰオール 60 ਤੋਂ ਘੱਟ ਤੁਸੀਂ ਲੈ ਕੇ ਨਾ ਚਲਿਓ ਕਿਉਂਕਿ ਜਦੋਂ ਡਿਮਾਂਡ ਹੁਣ ਕੈਨੇਡਾ ਦੀ ਕਾਫੀ ਜ਼ਿਆਦਾ ਹੁਣ ਵਧੂਗੀ ਥੋੜਾ ਜਿਹਾ ਮਾਰਕੀਟ ਡਾਊਨ ਚੱਲ ਰਹੀ ਹੈ ਸੀਰੀਅਸਲੀ ਤੇ ਹੁਣ ਜਦੋਂ ਸਟੂਡੈਂਟ ਦੀ ਡਿਮਾਂਡ ਇੱਕਦਮ ਵਧੂਗੀ ਕਿਉਂਕਿ CBSE ਦਾ ਰਿਜ਼ਲਟ ਆਇਆ ਪੀ ਪੰਜਾਬ ਬੋਰਡ ਦਾ ਰਿਜ਼ਲਟ ਆਇਆ ਆਫਰ ਲੈਟਰ ਹਾਲੇ ਅਪਲਾਈ ਹੋਣ ਸ਼ੁਰੂ ਹੋ ਗਏ ਨੇ ਪੀਐਲ ਨੂੰ ਲੈ ਕੇ ਬੱਚੇ ਦੇ ਮਨ ਚ ਬਹੁਤ ਕੰਸਰਨ ਹੈ ਪਲੱਸ 2 ਤੋਂ ਬਾਅਦ ਸਿਰਫ ਸਪਾਉਸ ਵਾਲੇ ਨਹੀਂ ਬੰਦ ਹੈ ਜੀ ਬਾਕੀ ਹਰੇਕ ਲਈ ਦਰਵਾਜ਼ੇ ਖੁੱਲੇ ਨੇ ਸਿਰਫ ਅੱਛੀ ਪ੍ਰੋਫਾਈਲ ਨੂੰ ਹੀ ਵੀਜ਼ਾ ਮਿਲੂਗਾ ਜਿੱਦਾਂ ਪਹਿਲਾਂ ਮਿਲਦਾ ਸੀਗਾ ਪਹਿਲਾਂ ਕਿਤਨਾ ਕਿਤੇ ਚਾਰ ਪੰਜ ਫਾਈਲਾਂ ਮਗਰ ਇੱਕ ਤੋਂ ਫਾਈਲ ਵੀ ਪ੍ਰੋਫਾਈਲ ਨੂੰ ਵੀਜ਼ੇ ਮਿਲ ਜਾਂਦੇ ਸੀਗੇ ਵੀਕ ਪ੍ਰੋਫਾਈਲ ਇਨ ਕੇਸ ਪਰਸੈਂਟੇਜ ਘਟਾ ਹੈ ਉਹਦਾ ਕੋਈ ਸੋਲੂਸ਼ਨ ਨਹੀਂ ਹੈਗਾ ਅੰਟਿਲੈਸ ਅਗ कि अपनाया है या पीटी का स्कोर काफी ज्यादा इंक्रीज लेके चलो वीक प्रोफाइल आई वुड से जस्ट के हाईली रिकमेंड है कि ओएल्स का स्कोर ही लेके चलण एट लीस्ट 6 ईच नॉट लेस देन 6 ईच ओवरऑल 6.5 विस्टर वीजा का सक्सेस रेट इसे करके काफी ज्यादा बढ़ रहे चाहे सिंगल जा रहे चाहे स्पस जा रहे मदरकेट करके प्लस तो बाद जिन्ना दे स्पस चाहे असली ने चाहे फेक मैरिज है चाहे जेन्युइन राइट सो ਉਹ ਇੰਨਾ ਟਾਈਮ ਅਗਲਾ ਖੜੂਗਾ ਨਹੀਂ ਗ੍ਰੈਜੂਏਸ਼ਨ ਤੋਂ ਬਾਅਦ ਤਾਂ ਨਾਲ ਦਾ ਉਹਨਾਂ ਦੀ ਪੀਐਲ ਨਹੀਂ ਹੋਊਗੀ ਪੀਐਲ ਦਾ ਉਹਨਾਂ ਦਾ ਉਹ ਚੀਜ਼ ਦਾ ਉਹਨਾਂ ਦਾ ਈਜ਼ੀਨੈਸ ਹੈ ਤੇ ਬਾਕੀ ਹਸਬੰਡ ਵਾਈਫ ਵੀ ਇਕੱਠੇ ਜਾ ਸਕਦੇ ਨੇ ਰਾਈਟ ਤੇ ਇਥੇ ਵਿਸਟਰ ਵੀਜ਼ੇ 'ਚ ਇਹ ਚੀਜ਼ ਅਗਲਾ ਕਹਿੰਦਾ ਯਾਰ ਵੀ ਜਾ ਤਾਂ ਉਥੇ ਵਾਈਫ ਜਾਂਦੀ ਹੈ ਵਾਈਫ ਤੋਂ ਬਾਅਦ ਡਿਪੈਂਡੈਂਟ ਦੀ ਜਗ੍ਹਾ ਤੇ ਹਸਬੰਡ ਜਾਂ ਹਸਬੰਡ ਉੱਥੇ ਅਗਰ ਸਟੱਡੀ ਤੇ ਵਾਈਫ ਡਿਪੈਂਡੈਂਟ ਓਪਨ ਓਪਨ ਸੋਰਸ ਵਰਕ ਪਰਮਿਟ ਦੀ ਜਗ੍ਹਾ ਤੇ ਉਹ ਵਿਸਟਰ ਤੇ ਵੀ ਜਾ ਸਕਦੇ ਨੇ ਹਾਲਾਂਕਿ ਸਟੂਡੈਂਟਸ ਨੇ ਆਲੇ ਹੁਣ ਸ਼ੁਰੂ ਕਰ ਦਿੱਤੇ ਹੈ ਇਹ ਚੀਜ਼ਾਂ ਕਰਕੇ ਵਿਸਟਰ ਵੀਜ਼ਾ ਫਾਦਰ ਸਨ ਫਾਦਰ ਕੈਟ ਦਾ ਸਕਸੈਸ ਰੇਟ ਕਾਫੀ ਦਾ ਅੱਛਾ ਚੱਲ ਰਿਹਾ ਹੈ ਬਟ ਆਈ ਊਡ ਸੇ ਜਸ ਕਿ ਚਾਹੇ ਉਥੇ ਜ਼ਾਇਲਮ ਵਾਲੇ ਨੂੰ ਪੀਆਰ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਰਾਈਟ ਬਟ ਹੁਣ ਦੇ ਜਿਹੜੇ ਅਸਾਈਲ ਨੂੰ ਲੈ ਕੇ ਕਿਤੇ ਸਤਾਈ ਨਾ ਹੋਵੇ ਤੇ ਵਿਸਟਰ ਵੀਜ਼ਾ ਸਪான்ਸਰ ਬੇਸ ਅਗਰ ਤੁਸੀਂ ਏਜੰਟ ਕੋਲ ਕਰਦੇ ਹੋ ਜਿੱਦਾਂ ਅਸੀਂ ਵੀ ਕਰਦੇ ਹਾਂ ਤਾਂ ਉਹ ਸਪான்ਸਰ ਤੁਹਾਡੀ ਜੈਨੂਇਨ ਹੋਵੇ ਇਹ ਨਾ ਹੋਵੇ ਵੀ ਇੱਕ ਹੀ ਸਪான்ਸਰ ਨਾਲ 4000 5000 ਜਾ ਰਹੇ ਨੇ ਕਿਉਂਕਿ ਜਦੋਂ ਉਦੋਂ ਉਦੋਂ ਉਥੇ ਕੈਨੇਡਾ ਇੱਥੋਂ ਪਹਿਲਾਂ ਤਾਂ ਦਿੱਲੀ ਤੋਂ ਹੀ ਕਾਫੀ ਦਾ ਸਕਤਾਈ ਹੈ ਇੱਥੇ ਵੀ ਇਮੀਗ੍ਰੇਸ਼ਨ ਵਾਲੇ 60 ਚਲੋ ਉਹ ਚੀਜ਼ਾਂ ਚੱਲਦੀਆਂ ਨੇ ਕਿਉਂਕਿ ਇਹ ਬਹੁਤ ਏਜੰਟਸ ਨੇ ਉਹਨਾਂ ਨੂੰ ਮੂੰਹ ਮਾਰ ਕੇ ਵੀ ਸਾਡਾ ਬੰਦਾ ਜੀ ਭਜਾ ਦੋ ਭਜਾ ਦੋ ਭਜਾ ਦੋ ਇਹ ਚੀਜ਼ਾਂ ਕਰਕੇ ਤਾਂ ਅਗਰ ਤੁਹਾਡੀ ਪ੍ਰੋਫਾਈਲ ਸਹੀ ਹੈ ਸੋ ਨੀਡ ਨਾ ਟੂ ਬਰੀ ਐਟ ਆਲ ਤੁਸੀਂ ਕੈਨੇਡਾ ਦੇ 에ਰਪੋਰਟ ਤੇ ਉਤਰ ਜਾਣਾ ਚਾਹੇ ਟੋਰਾਂਟੋ ਤੇ ਉਤਰਦੇ ਹੋ ਚਾਹੇ ਤੁਸੀਂ ਕੈਲਗਰੀ ਵਾਲੇ ਤੇ ਉਤਰੋ ਬਟ ਗੱਲ ਇਹ ਹੈ ਵੀ ਉੱਥੇ ਤੁਹਾਡਾ ਸਪੌਂਸਰ ਅਗਰ ਬਾਹਰ ਨਹੀਂ ਹੈਗਾ ਤਾਂ ਸਪੌਂਸਰ ਤਿਆਰ ਬਰ ਤਿਆਰ ਹੋਵੇ ਸਪੌਂਸਰ ਨੂੰ ਪਤਾ ਹੋਵੇ ਯਾਰ ਵੀ ਤੁਸੀਂ ਆ ਰਹੇ ਹੋ ਕਿਤੇ ਉਧਰ ਇਮੀਗ੍ਰੇਸ਼ਨ ਵਾਲੇ ਤੁਹਾਨੂੰ ਸੀਬੀਐਸਏ ਸਕਿਉਰਿਟੀ ਫੋਰਸਿਜ਼ ਵਾਲੇ ਉਹਨਾਂ ਨੂੰ ਕਾਲ ਕਰਨ ਕਿ ਤਿਗਾ ਤਾਂ ਇਹ ਚੀਜ਼ਾਂ ਧਿਆਨ ਰੱਖੋ ਤੇ ਅਗਰ ਤੁਸੀਂ ਵਿਸਟਰ ਵੀਜ਼ਾ ਜਾ ਰਹੇ ਹੋ ਏਜੰਟ ਦੇ ਥਰੂ ਸਪான்ਸਰ ਜਾ ਰਹੇ ਹੋ ਤਾਂ ਤੁਹਾਨੂੰ ਹਰ ਇੱਕ ਚੀਜ਼ ਆ ਪਤਾ ਹੋਣਾ ਚਾਹੀਦਾ ਬਾਕੀ ਤੁਹਾਡੇ ਮਨ ਚ ਵਿਸਟਰ ਵੀਜ਼ਾ ਨੂੰ ਲੈ ਕੇ ਫਾਦਰ ਫਾਦਰ ਕਿਟ ਤੋਂ ਫਾਈਲਿੰਗ ਨੂੰ ਲੈ ਕੇ ਤੁਹਾਡੇ ਮਨ ਚ ਕੋਈ ਵੀ ਡਾਊਟ ਹੈ ਸਾਡੀ ਐਕਸਪਰਟ ਟੀਮ ਹਮੇਸ਼ਾ ਤੁਹਾਡੇ ਲਈ 24/7 ਤਿਆਰ ਹੈ ਤੁਹਾਡੀ ਹੈਲਪ ਕਰਨ ਲਈ ਬਾਕੀ ਨੈਕਸਟ ਵੀਡੀਓ ਦੀ ਗੱਲ ਕਰਾਂ ਟਿਲ देन ਟੇਕ ਕੇਅਰ ਗੁੱਡ ਬਾਏ ਸਤਿ ਸ੍ਰੀ ਅਕਾਲ